देश में इस वक्त लॉकडाउन जारी है और देश की जनता ने खुद को घरों में बंद कर लिया है और कोरोना वायरस के खिलाफ एकजुट होकर वह लड़ाई लड़ रहे हैं। वहीं कुछ देसी शराब माफिया के लोग अपने कारोबार को फैला रहे हैं। ऐसा ही एक मामला सामने आया है अमृतसर के मोहल्ला अनगढ़ में, जहां शराब माफिया के लोग बेखौफ होकर सरेआम देसी शराब का व्यापार कर रहे हैं। जब इस खबर की भनक मीडिया को लगी तो उस मोहल्ले में दबिश दी गई। देखा कि शराब माफिया के लोग सरेआम सड़कों पर घूम रहे थे और लोगों को देसी शराब सप्लाई कर रहे थे। मीडिया कवरेज के बाद जब पुलिस को इन्फॉर्मेशन मिली तो पुलिस के अधिकारी मौके पर पहुंचे और देसी शराब माफिया के खिलाफ जमकर कार्रवाई की। जानकारी देते हुए एसआई ने बताया कि वह इस मामले की जांच कर रहे हैं और बनती कार्रवाई की जाएगी। अमृतसर से कवलजीत सिंह के साथ सनी सहोता की रिपोर्ट। अपने की लैना जी, कि अड्डे तो लिया चल इन खड़ो तेन मामा चंगा भला पता थे, तू की अंब लैना है इतने बह जान बह जा दो मिनट के अड्डे तो लैके आए जी किधरों लैके आए चल आओ नाल डांग रख जरा लत्त छो गाड़ी तू शराब किनिया बोतल खड़िया किन्ने दया खड़िया डेढ़ सौ रुपए दया तीन बोतल ਸਾਨੂੰ ਵੀ ਲੈ ਕੇ ਦੇ ਚੱਲ ਕਿੰਨੇ ਦੀਆਂ ਗੜੀਆਂ ਤੈਨੂੰ ਸੱਚ ਪੁੱਛਣ ਦੇਣਾ ਕਿੱਥੋਂ ਆਇਆ ਲੈਣ ਕਿਹਦਾ ਅੱਡਾ ਭਾਈ ਪਤਾ ਨੀ ਇਹ ਪਹਿਲੀ ਦੀ ਆਏ ਕਿੰਨੇ ਦੱਸਿਆ ਸੀ ਤੈਨੂੰ ਅੱਡਾ ਏ ਪਹਿਲੀ ਯਾਰੀ ਕਿ ਹੋਰ ਕਿਸੇ ਘਰੋਂ ਆਣ ਕੇ ਤੂੰ ਕਿਉਂ ਨੀ ਮੰਗਦੀ ਪਹਿਲੀ ਵੀ ਆਏ ਕੱਲ ਕੋਈ ਮੁੰਡਾ ਲੈ ਕੇ ਕਿੰਨੇ ਦੀ ਗੜੀ ਬੋਤਲ ਭਾਈ ਲੈ ਗਏ ਸੱਚ ਤੈਨੂੰ ਸੱਚ ਪੁੱਛਣ ਦੇ ਸੱਚ ਕਿੰਨੇ ਦੀ ਬੋਤਲ ਖੜੀ ਚਲੋ ਐਸ ਆਈ ਅਮਰਜੀਤ ਸਿੰਘ ਇਹ ਲੋਕ ਜਿਹੜੇ ਆ ਇਹ ਕਰਫਿਊ ਲੱਗੇ ਹੋਣ ਦੇ ਨਾਤੇ 'ਚ ਵੀ ਗੰਦੇ ਨਾਲੇ ਪੁਲ ਦੇ ਥੱਲੇ ਲੋਕੇ ਥੱਲੇ ਬੈਠਾ ਸ਼ਰਾਬ ਵੇਚ ਰਿਹਾ ਸੀ ਹਾਂਜੀ ਇਹਦੇ ਕੋਲੋਂ 50 ਬੋਤਲਾਂ ਸ਼ਰਾਬ ਜਿਹੜੀਆਂ ਕੈਨ ਬਰਾਮਦ ਹੋਇਆ ਮੈਂ ਆਪ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਕਰਫਿਊ ਲੱਗੇ ਹੋਣ ਦੇ ਦੌਰਾਨ ਆਪਣੇ ਘਰਾਂ 'ਚ ਬੈਠੋ ਬਾਹਰ ਨਾ ਨਿਕਲੋ ਇਹਦੀ ਇਨ ਬਿਨ ਪਾਲਣਾ ਕਰੋ ਪੁਲਿਸ ਨੂੰ ਮਜਬੂਰ ਨਾ ਕਰੋ ਕਿ ਤੁਹਾਨੂੰ ਅਪ ਸ਼ਬਦ ਬੋਲਣ ਇਹਨਾਂ ਦੇ ਖਿਲਾਫ ਸ਼ਰਾਬ ਦੇ ਮੁਕੱਦਮਾ ਦਰਜ ਕਰਤੇ ਨੇ ਅਤੇ ਰਿਕਵਰੀ ਕਰਕੇ ਇਹਨਾਂ ਮਾਨਯੋਗ ਅਦਾਲਤ 'ਤੇ ਪੇਸ਼ ਕਰਾਂਗੇ ਅੱਜ ਹੀ ਹਾਂਜੀ ਇਹ ਲੋਕ ਜਿਹੜੇ ਨੇ ਲਾਈਨਾਂ ਦੇ ਰਸਤੇ ਕਦੀ ਝੁੱਗੀਆਂ ਦੇ ਰਸਤੇ ਚੋਰੀ ਛੱਪੀ ਆ ਕੇ ਇੱਧਰੋਂ ਭਜਾ ਕੇ ਦੂਸਰੇ ਬੰਦੇ ਵੜ ਜਾਂਦੇ ਨੇ ਉੱਧਰੋਂ ਆ ਗਏ ਆ ਇਹ ਜਿਹੜੇ ਵੀ ਲੋਕ ਇਹੋ ਜਿਹੇ ਕੰਮ ਕਰਨਗੇ ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾਊਗਾ ਚਾਹੇ ਕਰਫਿਊ ਹੋਵੇ ਜਾਂ ਵੈਸੇ ਵੀ ਹੋਵੇ ਇਹਨਾਂ ਲੋਕਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਇੱਥੇ ਸ਼ਰਾਬ ਵਿੱਚ ਇਲਾਕਾ ਅਨਗੜ੍ਹ ਜਿੱਥੇ ਤੁਸੀਂ ਦੇਖਿਆ ਕਿ ਇੱਕ ਪਬਲਿਕ ਵੱਲੋਂ ਜਿਹੜੇ ਇੱਥੇ ਦੁਕਾਨਾਂ 'ਤੇ ਬੰਦ ਕਰਾਈਆਂ ਗਈਆਂ ਸੀ ਤਾਂ ਪ੍ਰਸ਼ਾਸਨ ਵੱਲੋਂ ਜਿਹੜੇ ਸ਼ਰਾਬ ਦੇ ਅੱਡੇ ਇਲਾਕਾ ਨਿਵਾਸੀਆਂ ਨੇ ਫੜ ਕੇ ਉਹਨਾਂ ਨੂੰ ਪੁਲਿਸ ਨੂੰ ਫੜਾਇਆ ਹੁਣ ਦੇਖਣਾ ਹੋਏਗਾ ਕਿ ਪੁਲਿਸ ਅੱਗੇ ਫੜਦੀ ਹੈ ਬੰਦਿਆਂ ਨੂੰ ਜਾਂ ਉਹ ਬੰਦਿਆਂ 'ਤੇ ਪਰਚਾ ਕਰਦੀ ਹੈ ਜਾਂ ਨਹੀਂ ਕਰਦੀ ਇਹ ਤਾਂ ਦੇਖਣ ਵਾਲਾ ਆਉਣ ਵਾਲਾ ਵਕਤ ਹੀ ਦੱਸੇਗਾ ਕੈਮਰਾਮੈਨ ਰਿੰਕੂ ਦੇ ਨਾਲ ਸਨੀ ਸੋਤਾ ਅੰਮ੍ਰਿਤਸਰ